ਵਕਫੇ ਦੇ ਬਾਅਦ ਸਵਾਗਤ ਹੈ। ਸਰਕਾਰ ਗਲਤ ਤਾਂ ਕਰ ਰਹੀ ਹੈ ਕਿ ਅਸੀਂ ਸਬਸਿਡੀ ਦੇਣੀ ਹੈ, ਪੰਜਾਬ ਦੇ ਵਿੱਚ ਤਰਾਸਦੀ ਆਈ ਹੋਈ ਹੈ, ਅਸੀਂ ਲੋਕਾਂ ਦਾ ਜਾ ਕੇ ਇਨਸਪੈਕਸ਼ਨ ਕਰਾਂਗੇ, ਯਾਨੀ ਕਿ ਖੇਤਾਂ ਦਾ ਇਨਸਪੈਕਸ਼ਨ ਕਰਾਂਗੇ, ਉਸ ਤੋਂ ਬਾਅਦ ਜੋ ਉਹਨਾਂ ਨੂੰ ਬਣਦੀ ਉਹਨਾਂ ਦਾ ਪ੍ਰਾਈਜ਼ ਹੈਗਾ, ਜੋ ਵੀ ਚੈੱਕ ਆਪਾਂ ਦੇਣਾ ਉਹ ਦੇਵਾਂਗੇ। ਖੈਰ ਆਪਾਂ ਗੱਲ ਜਿਵੇਂ ਕੀਤੀ ਕਿ ਚੈੱਕ ਵੀ ਜਿਹੜੇ ਨੇ ਉਹ ਇੰਨੇ ਪ੍ਰਾਈਜ਼ ਨਹੀਂ ਮਿਲ ਰਹੇ ਜਿਸ ਨਾਲ ਗੁਜ਼ਾਰਾ ਹੋ ਸਕੇ, ਜੋ ਫਸਲ ਬਰਬਾਦ ਹੋਈ ਹੈ। ਲੇਕਿਨ ਸਬਸਿਡੀ ਨੂੰ ਲੈ ਕੇ ਹੁਣ ਅੱਜ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਕਿਉਂ ਇਹ ਮਾਮਲਾ ਹੁਣ ਹਾਈ ਕੋਰਟ ਦੇ ਦਰਵਾਜ਼ਿਆਂ ਦੇ ਵਿੱਚ ਵੀ ਚਲਾ ਗਿਆ, ਕਿਉਂ ਹੁਣ ਦਲੀਲਾਂ ਹਾਈ ਕੋਰਟ ਦੇ ਵਿੱਚ ਵੀ ਸੁਣਨ ਨੂੰ ਮਿਲ ਰਹੀ ਹੈ ਸਬਸਿਡੀ ਨੂੰ ਲੈ ਕੇ। ਔਰ ਇਹ ਮਸਲਾ ਜਿਹੜਾ ਹੈ ਸਿਰਫ ਸੂਬਿਆਂ ਦਾ ਮਸਲਾ ਨਹੀਂ ਬਣਿਆ ਹੋਇਆ, ਬਲਕਿ ਹੁਣ ਇਹ ਇੱਕ ਨੈਸ਼ਨਲ ਜਿਹੜਾ ਮਸਲਾ ਉਹ ਬਣ ਚੁੱਕਿਆ। ਇਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਇੰਟਰਫੇਅਰ ਕਰਨ ਦੀ ਲੋੜ ਪੈ ਗਈ ਹੈ। ਆਖਿਰਕਾਰ ਕਿਉਂ ਕੁਝ ਹੋਇਆ ਇਸ ਬਾਰੇ ਵੀ ਆਪਾਂ ਜਾਣ ਲੈਂਦੇ ਹਾਂ। ਸਬਸਿਡੀ ਨੂੰ ਲੈ ਕੇ ਜਿਹੜੀ ਗੱਲ ਹੋ ਰਹੀ ਸੀਗੀ, ਉਸ ਤੋਂ ਬਾਅਦ ਗੱਲ ਹੋਈ ਸੀਗੀ ਕਿ ਅਸੀਂ ਕਿਸਾਨਾਂ ਨੂੰ ਸਬਸਿਡਾਈਜ਼ ਕਰ ਦਿੰਦੇ ਹਾਂ ਅਤੇ ਘਬਰਾਉਣ ਦੀ ਲੋੜ ਨਹੀਂ ਹੈਗੀ। ਹੁਣ ਜਿਹੜੇ ਅਫਸਰਸ਼ਾਹੀ ਹੈ, ਚਾਹੇ ਉਹ ਸਿਆਸਤਦਾਨ ਨੇ, ਉਹ ਇਹ ਵੱਖ ਵੱਖ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਇਹ ਬਿਆਨ ਦੇ ਰਹੇ ਹਨ ਕਿ ਅਸੀਂ ਜਿੰਨੀ ਵੀ ਨੁਕਸਾਨ ਹੋਇਆ ਉਹਦੀ ਭਰਪਾਈ ਕਰ ਦਾਂਗੇ। ਵਟ ਡੂ ਯੂ ਥਿੰਕ ਅਬਾਊਟ ਸਬਸਿਡੀ ਨਾਓ ਇਟ ਇਜ਼ ਅੰਡਰ ਹਾਈ ਕੋਰਟ ਆਲਸੋ, ਹਾਈ ਕੋਰਟ ਤੱਕ ਵੀ ਜਾ ਕੇ ਪਹੁੰਚ ਚੁੱਕੀ ਹੈ? ਦੇਖੋ, ਇਸ ਤਰ੍ਹਾਂ ਜਿਸ ਤਰ੍ਹਾਂ ਫਸਲਾਂ ਖਰਾਬ ਹੋ ਗਈਆਂ, ਕੁਝ ਫਿਰ ਸਰਕਾਰ ਮੁਆਵਜ਼ਾ ਦਿੰਦੀ, ਮੁਆਵਜ਼ਾ ਦੇਣ ਦੇ ਬਾਰੇ ਅਸੀਂ ਗੱਲ ਕੀਤੀ ਵੀ ਉਹਨਾਂ ਦੇ ਇੱਕ ਸਿਸਟਮ ਬੜਾ ਖਰਾਬ ਹੈ, ਉਹ ਕਿੱਦਾਂ ਉਹਨਾਂ ਦੇ ਲੈਂਡ ਹੋਲਡਿੰਗ ਕਿੰਨੀ ਹੈ, ਪਰਸੈਂਟੇਜ ਕਿੰਨੀ ਹੈ, ਉਹ ਦੋ ਦੋ ਚਾਰ ਚਾਰ ਪੰਜ ਪੰਜ ਰੁਪਏ ਦੇ ਚੈੱਕ ਦਿੱਤੇ ਜਾਂਦੇ। ਇੱਕ ਦੂਜੀ ਸਿਆਸਤ ਹੋਰ ਹੁੰਦੀ ਹੈ ਸਬਸਿਡੀ ਨੂੰ ਲੈ ਕੇ ਸਿਆਸਤ। ਸਰਕਾਰ ਜਿਹੜੀ ਹੁੰਦੀ ਹੈ ਕਿਸਾਨਾਂ ਕਿਸਾਨੀ ਦੇ ਨਾਂ 'ਤੇ ਉਹਨਾਂ ਨੂੰ ਰਿਆਇਤ ਦੇਣ ਦੇ ਨਾਂ 'ਤੇ ਕਹਿੰਦੀ ਸਬਸਿਡੀ ਹੈ। ਹੁਣ ਪੰਜਾਬ ਦੇ ਵਿੱਚ ਕੀ ਹੈ, ਟਿਊਬਵੈੱਲਾਂ ਦੇ ਉੱਤੇ ਬਿਜਲੀ ਜਿਹੜੀ ਹੈ ਉਹ ਸਬਸਿਡੀ ਹੈਗੀ ਉਹਦੇ ਉੱਤੇ। ਥੋੜ੍ਹੇ ਦਿਨ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ, ਜਿਹੜੇ ਅਮੀਰ ਕਿਸਾਨ ਨੇ, ਵੱਡੇ ਵੱਡੇ ਜ਼ਿਮੀਂਦਾਰ ਨੇ, ਉਹਨਾਂ ਨੂੰ ਅਪੀਲ ਇਹ ਕੀਤੀ ਕਿ ਜੀ ਤੁਹਾਡੇ ਜਿਹੜੇ ਟਿਊਬਵੈੱਲਾਂ ਦੇ ਜਿਹੜੀ ਮੋਟਰਾਂ 'ਤੇ ਆਉਂਦੀ ਸਬਸਿਡੀ ਬਿਜਲੀ, ਇਹਨੂੰ ਛੱਡ ਦਿਓ। ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਜੀ ਗੈਸ ਦੇ ਸਿਲੰਡਰ ਉੱਤੇ ਸਬਸਿਡੀ ਹੈ, ਜਿਹੜੇ ਵੱਡੇ ਬੰਦੇ ਨੇ ਉਹ ਛੱਡ ਦਿਓ, ਗਰੀਬਾਂ ਨੂੰ ਜਾਣ ਦਿਓ, ਅਤੇ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ 'ਤੇ ਲੱਖਾਂ ਬੰਦਿਆਂ ਨੇ ਉਹ ਸਬਸਿਡੀ ਛੱਡਤੀ ਜਿਹਨੂੰ ਉਹ ਹਰ ਭਾਸ਼ਣ 'ਚ ਆਪਣਾ ਜ਼ਿਕਰ ਕਰਦੇ ਆ। ਲੇਕਿਨ ਇਹ ਜ਼ਿਕਰ ਇੱਥੇ ਕਰਨਾ ਚਾਹਾਂਗੇ, ਕੈਪਟਨ ਅਮਰਿੰਦਰ ਸਿੰਘ ਨੇ ਜੋ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਅਪੀਲ ਕੀਤੀ ਕਿ ਜੇ ਤੁਸੀਂ ਅਮੀਰ ਹੋ, ਤੁਹਾਡੇ ਕੋਲ 500 ਏਕੜ ਜ਼ਮੀਨ ਹੈ, 400 ਏਕੜ ਜ਼ਮੀਨ ਹੈ, ਤੁਸੀਂ ਬਹੁਤ ਅਮੀਰ ਹੋ, ਤੁਹਾਡੇ ਕੋਠੀ ਬੰਗਲੇ ਨੇ, ਸਾਰਾ ਕੁਝ ਹੈ, ਸਾਰਾ ਇਰੀਗੇਸ਼ਨ ਦਾ ਸਿਸਟਮ ਤੁਹਾਡਾ, ਕੰਬਾਈਨਾਂ ਆਪਣੀਆਂ, ਸਾਰਾ ਕੁਝ ਤੁਹਾਡਾ, ਅਤੇ ਤੁਸੀਂ ਫਿਰ ਆਪਣੀ ਚਾਰ ਮੋਟਰਾਂ ਵਾਸਤੇ ਸਬਸਿਡੀ ਕਿਉਂ ਲੈਂਦੇ ਹੋ, ਇਹ ਛੱਡ ਦਿਓ। ਇਹ ਸਿਰਫ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ, ਪਰ ਅੱਜ ਤੱਕ ਕਿਸੇ ਤੋਂ ਉਹਦੇ 'ਤੇ ਅਮਲ ਨਹੀਂ ਕੀਤਾ। ਸਾਡੇ ਇਹ ਬੜੇ ਸ਼ਰਮ ਦੀ ਗੱਲ ਹੈ ਕਿ ਸਾਡੇ ਕਿਸੇ ਵੀ ਵੱਡੇ ਜ਼ਿਮੀਂਦਾਰ ਨੇ ਇਹ ਪਹਿਲ ਨਹੀਂ ਕੀਤੀ ਕਿ ਚਲੋ ਜੀ ਮੈਂ ਛੱਡ ਦੇਣਾ। ਸਾਡੇ ਕੁਛ ਕਿਸਾਨਾਂ ਦੀ ਮੈਂਟੈਲਿਟੀ ਹੁੰਦੀ ਹੈ, ਕੁਝ ਜ਼ਿਮੀਂਦਾਰਾਂ ਦੀ ਮੈਂਟੈਲਿਟੀ ਹੁੰਦੀ ਵੀ ਜਿੱਥੋਂ 2 ਰੁਪਏ ਬਚਦੇ ਉੱਥੋਂ ਬਚਾ ਲਓ, ਇਹ ਸਾਡੇ ਹੁੰਦੀ ਹੈ ਇਸ ਮੈਂਟੈਲਿਟੀ। ਦੂਸਰਾ ਇਹ ਮਾਮਲਾ ਇਹ ਹੋਇਆ ਜਿੱਦਾਂ ਤੁਸੀਂ ਹੁਣ ਹਾਈਕੋਰਟ ਦਾ ਜ਼ਿਕਰ ਕੀਤਾ, ਇਹ ਮਾਮਲਾ ਚਲਾ ਗਿਆ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ। ਐਚ ਸੀ ਅਰੋੜਾ ਕਰਕੇ ਇੱਕ ਸੀਨੀਅਰ ਵਕੀਲ ਨੇ, ਉਹ ਹਮੇਸ਼ਾ ਇਹੋ ਜਿਹੇ ਜਨਤਕ ਮੁੱਦੇ ਚੱਕਦੇ ਨੇ। ਉਹਨਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਲਗਾਈ ਹੈ ਕਿ ਜਦੋਂ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ, ਪੰਜਾਬ ਸਰਕਾਰ ਵਾਰ ਵਾਰ ਇਹ ਕਹਿੰਦੀ ਸਾਡੇ ਕੋਲ ਪੈਸੇ ਨਹੀਂ ਹੈ, ਅਤੇ ਤੁਸੀਂ ਵੱਡੇ ਔਰ ਅਮੀਰ ਜ਼ਿਮੀਂਦਾਰਾਂ ਨੂੰ ਸਬਸਿਡੀ ਕਿਉਂ ਦੇ ਰਹੇ ਹੋ? ਫਿਰ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ, ਪੰਜਾਬ ਸਰਕਾਰ ਨੇ ਰਿਪਲਾਈ ਦਿੱਤਾ ਜੀ ਅਸੀਂ ਅਪੀਲ ਕੀਤੀ ਸੀ। ਹੁਣ ਇਹ ਸਵਾਲ ਉੱਠਦਾ ਕਿ ਤੁਸੀਂ ਅਪੀਲ ਕਿਉਂ ਕੀਤੀ, ਤੁਸੀਂ ਫੈਸਲਾ ਕਿਉਂ ਨਹੀਂ ਲਾਗੂ ਕਰਾਇਆ ਕਿ ਜੀ ਵੱਡੇ ਜ਼ਿਮੀਂਦਾਰਾਂ ਤੋਂ ਜਿੰਨੀ ਸਬਸਿਡੀ ਅਸੀਂ ਵਾਪਸ ਲੈਂਦੇ ਹਾਂ? ਬਾਈ ਤੁਸੀਂ ਅਪੀਲ ਕਰੋ, ਅਪੀਲ ਤੁਹਾਡੀ ਸੁਣਨੀ ਕਿੰਨੇ ਆ? ਮਤਲਬ ਤੁਸੀਂ ਫਰਜ਼ ਵੀ ਪੂਰਾ ਕਰ ਦਿੱਤਾ ਔਰ ਕੰਮ ਵੀ ਨਹੀਂ ਆਉਣਾ ਜੀ। ਇਹ ਚੀਜ਼ ਹੈ, ਹੁਣ ਹਾਈ ਕੋਰਟ ਦੇ ਵਿੱਚ ਚਲਾ ਗਿਆ ਮਾਮਲਾ, ਹੁਣ ਸ਼ਾਇਦ ਇਹਦੇ 'ਚ ਕੁਛ ਹੋਏਗਾ। ਦੇਖੋ, ਉਹ 'ਚ ਵੀ ਹੁਣ ਹੋਏਗਾ, ਦਾਅ ਪੇਜ ਦੇਖਣ ਨੂੰ ਮਿਲਣਗੇ ਕਿ ਕੁਝ ਵੇਖਣ ਨੂੰ ਮਿਲਦਾ। ਕਾਲਰ ਜੁੜੇ ਹੋਏ ਨੇ, ਉਹਨਾਂ ਦੇ ਵੀ ਪ੍ਰਤੀਕਿਰਿਆ ਆਪਾਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਲੱਗਦਾ ਕਿ ਉਹਨਾਂ ਤੋਂ ਸਾਡੀ ਆਵਾਜ਼ ਨਹੀਂ ਪਹੁੰਚੀ ਉਹਨਾਂ ਦੇ ਕੋਲ। ਹੋਰ ਵੀ ਕਾਲਰ ਸਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਮੈਂ ਟੈਕਨੀਕਲ ਟੀਮ ਨੂੰ ਦਰਖਵਾਸਤ ਕਰਾਂਗਾ ਕਿ ਇੱਕ ਵਾਰੀ ਚੈੱਕ ਕਰਨ, ਸਾਨੂੰ ਕਾਲਰਸ ਦੀ ਆਵਾਜ਼ ਜਿਹੜੀ ਹੈ ਨਹੀਂ ਪਹੁੰਚ ਰਹੀ। ਇੱਕ ਹੋਰ ਕਾਲਰ ਦੀ ਕਾਲ ਲੈ ਕੇ ਦੇਖਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਮੈਂ ਦਰਖਵਾਸਤ ਕਰਾਂਗਾ ਟੈਕਨੀਕਲ ਟੀਮ ਨੂੰ ਕਿ ਇੱਕ ਵਾਰੀ ਦੇਖਣ ਕਿ ਸਾਨੂੰ ਕਾਲਰਸ ਦੀ ਆਵਾਜ਼ ਨਹੀਂ ਪਹੁੰਚ ਰਹੀ। ਸੋ ਆਪਾਂ ਇੱਥੇ ਗੱਲ ਕਰ ਰਹੇ ਸੀਗੇ ਜਿਸ ਤਰੀਕੇ ਨਾਲ ਆਪਾਂ ਸਬਸਿਡੀ ਦੀ ਗੱਲ ਕੀਤੀ, ਚਲੋ ਹੁਣ ਹਾਈ ਕੋਰਟ ਦੇ ਜਿਹਨੋ ਦਾਅ ਪੇਜ ਦੇ ਵਿੱਚ ਜਾ ਕੇ ਮਾਮਲਾ ਹੁਣ ਫਸ ਚੁੱਕਿਆ। ਲੇਕਿਨ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ, ਚਲੋ ਨੈਚੁਰਲ ਕਲਾਈਮੇਟ ਹੀ ਹੈਗੀ ਹੈ, ਇਹ ਮੀਂਹ ਪਿਆ, ਉਹ ਜਾ ਕੇ ਮੀਂਹ ਖੇਤਾਂ ਦੇ ਵਿੱਚ ਪਿਆ ਔਰ ਫਸਲਾਂ ਨੂੰ ਨੁਕਸਾਨ ਪਹੁੰਚਾਇਆ, ਬਟ ਵਟ ਅਬਾਊਟ ਸਿਟੀਜ਼? ਸਿਟੀਜ਼ ਦੇ ਵਿੱਚ ਜਾ ਕੇ ਮਾਮਲਾ ਕਿਉਂ ਨਹੀਂ ਠੀਕ ਹੋ ਸਕਦਾ? ਹੁਣ ਦੇਖੋ, MC ਵੀ ਚੁਣ ਕੇ ਆਏ ਨੇ, ਮਿਊਂਸੀਪਲ ਕਾਰਪੋਰੇਟਰ ਜਿਹੜੇ ਨੇ ਚੁਣ ਕੇ ਆਏ ਨੇ,
कि उन्हां नूं जायजा लेना चाहिदा सीगा कि हाँ जी मेरी अज इस गली दे विच अपनी अपनी जिम्मेवारी अगर एमसी समझ लैंदे कि मैं इस गली दे विच नाली ठीक नहीं हैगी ड्रेनेज सिस्टम चाहिदा तां शायद जिहड़ा अज तुसीं आ वेखो कि जिहड़ा हैरीटेज है अमृतसर दा उत्थे तक मीह पै गया जो कि नवां बणिया। देखो ए साडे सिस्टम पोलिटिकल सिस्टम बड़ा से कह सकते हैं कि ਬੜਾ ਕਰਪਟ ਹੈ ਜੀ। ਕਰਪਟ ਹੈ ਕਿ ਸਾਰੇ ਜਿਹੜੇ ਪੋਲੀਟੀਸ਼ੀਅਨ ਮੈਂ ਸਾਰੇ ਉੱਤੇ ਉਂਗਲੀ ਨਹੀਂ ਉਠਾ ਰਿਹਾ, ਕਈ ਇਮਾਨਦਾਰ ਵੀ ਨੇ, ਕਈ ਕਾਰਪੋਰੇਟਰ ਵੀ ਇਮਾਨਦਾਰ ਹੋਣਗੇ, ਕੌਂਸਲਰ ਵੀ ਹੋਣਗੇ, MLA ਵੀ ਹੋਣਗੇ, ਸਾਰੇ ਹੋਣਗੇ। ਲੇਕਿਨ ਸਾਡੇ ਇੱਥੇ ਜਿਹੜੀ ਸਿਆਸਤ ਹੈ ਨਾ ਉਹ ਹੁੰਦੀ ਕਿਸ ਵਾਸਤੇ ਹੈ ਜੀ? ਪੈਸਾ ਬਣਾਉਣ ਵਾਸਤੇ ਜੀ। ਕੋਈ ਆਦਮੀ ਸਰਪੰਚ ਇਸ ਵਾਸਤੇ ਬਣਦਾ ਕਿ ਮੈਂ ਅਮੀਰ ਬਣ ਜਾਵਾਂਗਾ, ਸਰਪੰਚ ਉਹ ਸ਼ਾਇਦ ਇਸ ਵਾਸਤੇ ਬਣਨਾ ਚਾਹੁੰਦਾ ਕਿ ਜਿਹੜਾ ਮੇਰਾ ਘਰ ਪਿੰਡ ਦੇ ਵਿੱਚ ਮੇਰਾ ਮਕਾਨ ਹੈ ਮੈਂ ਅਗਲੇ ਸਾਲ ਇਹਦਾ ਚਵਾਰਾ ਪਾ ਲਾਂਗਾ, ਮੈਂ ਅਗਲੇ ਸਾਲ ਵੱਡੀ ਗੱਡੀ ਲੈ ਲਾਂਗਾ, ਉਸ ਤੋਂ ਬਾਅਦ ਆਪਣੇ ਮੁੰਡੇ ਨੂੰ ਬਾਹਰ ਦੀ ਯੂਨੀਵਰਸਿਟੀ 'ਚ ਭੇਜ ਦਾਂਗਾ, ਉਸ ਤੋਂ ਬਾਅਦ ਅਗਰ ਮੈਨੂੰ ਟਾਈਮ ਲੱਗੇਗਾ ਤੇ ਫਿਰ ਮੈਂ ਜਨਤਾ ਦੀ ਸੇਵਾ ਕਰਾਂਗਾ ਜੀ। ਸਮਝ ਰਹੇ ਹੋ ਗੱਲ ਨੂੰ? ਕਾਰਪੋਰੇਟਰਾਂ ਦੇ ਵੀ ਮੈਂ ਸਭ ਤੇ ਉਂਗਲੀ ਨਹੀਂ ਉਠਾ ਰਿਹਾ, ਮੈਂ ਬਾਰ ਬਾਰ ਇਹ ਕਹਿਣਾ ਚਾਹੁੰਦਾ, ਲੇਕਿਨ ਸਾਡੇ ਇੱਥੇ ਕਾਰਪੋਰੇਟਰ ਦਾ ਕੰਮ ਕੀ ਹੁੰਦਾ? ਸਿਰਫ ਆਪਣਾ ਰੋਬ ਆਪਣੇ ਇਲਾਕੇ ਦੇ ਵਿੱਚ ਇਹ ਕਰਨਾ, ਇਹ ਕਾਰਪੋਰੇਟਰ ਸਾਡੇ ਜਨਤਾ ਵੀ ਉਹਨਾਂ ਦੇ ਘਰ ਜਾ ਕੇ ਰੋਜ਼ ਬੈਠੀ ਹੋਏਗੀ, 10-10, 20-20 ਬੰਦੇ ਸਾਡਾ ਇਹ ਕੰਮ ਕਰਾ ਦਿਓ, ਲੇਕਿਨ ਕਦੀ ਕਿਸੇ ਨੇ ਚੈੱਕ ਕੀਤਾ ਕਾਰਪੋਰੇਟਰ ਨੇ ਕੰਮ ਕਿੰਨਾ ਕੀਤਾ? ਸਾਡੇ ਇੱਥੇ ਸਿਸਟਮ ਹੈ ਕਿ ਪੋਲੀਟੀਕਲ ਹੁਣ ਪਿੰਡਾਂ ਵਿੱਚ ਤਾਂ ਤੁਸੀਂ ਨਹੀਂ ਰੋਕ ਸਕਦੇ, ਸ਼ਹਿਰਾਂ ਨੂੰ ਤਾਂ ਬਚਾ ਸਕਦੇ ਹੋ ਜੀ। ਸ਼ਹਿਰਾਂ ਦੇ ਵਿੱਚ ਸੜਕਾਂ 'ਤੇ ਪਾਣੀ ਕਿਉਂ ਭਰ ਜਾਂਦਾ ਜੀ? ਹੁਣ ਜਿਵੇਂ ਇਹ ਨਹੀਂ ਕਿ ਸਿਰਫ ਪੰਜਾਬ ਦੇ ਵਿੱਚ ਹੈ, ਦਿੱਲੀ ਦੇ ਵਿੱਚ ਵੀ ਹਾਲ ਆ ਜਾਏਗਾ, ਹੁਣ ਦਿੱਲੀ ਦੇ ਵਿੱਚ ਵੀ ਬਾੜ ਦਾ ਖਤਰਾ, ਯਮੁਨਾ 'ਚ ਪਾਣੀ ਆਏਗਾ ਫਿਰ ਉੱਥੋਂ ਲੋਕਾਂ ਨੂੰ ਚੁੱਕੇ ਸਾਈਡ 'ਤੇ ਕਰਨਗੇ, ਵੀ 15 ਦਿਨ ਬਾਅਦ ਪਾਣੀ ਚਲਾ ਜਾਏਗਾ ਫਿਰ ਵਾਪਸ ਸਿਸਟਮ ਉੱਥੇ ਦੌਰ 'ਤੇ। ਸਿਸਟਮ ਫੇਲੀਅਰ ਸਾਡਾ ਨਾ ਕੋਈ ਲੈਸਨ ਨਹੀਂ ਸਿੱਖਦੇ ਸਾਡੇ ਇੱਥੇ ਕਿਸੇ ਵੀ ਡਿਜ਼ਾਸਟਰ ਤੋਂ, ਕਿਸੇ ਵੀ ਮੈਨੇਜਮੈਂਟ ਤੋਂ, ਇਹ ਸਾਰਾ ਹਰ ਸਾਲ ਦਾ ਇੱਕ ਪ੍ਰੋਸੈਸ ਹੁੰਦਾ ਜੀ। ਜਦੋਂ ਇਹ ਚੀਜ਼ ਹੈ ਕਿ ਐਵਰੀ ਪਰਸਨ ਹੈਜ਼ ਇਸ ਸ਼ੇਅਰ, ਠੇਕੇਦਾਰ ਦਾ ਆਪਣਾ ਸ਼ੇਅਰ ਹੈ, ਅਫਸਰਾਂ ਦੇ ਆਪਣੇ ਸ਼ੇਅਰ ਨੇ, ਇਹ ਚੀਜ਼ ਹੈਗਾ। ਹੁਣ ਖੇਤੀਬਾੜੀ ਦਾ ਕੰਮ ਜਿਸ ਤਰ੍ਹਾਂ ਹੁਣ ਅਸੀਂ ਪ੍ਰੋਕਿਓਰਮੈਂਟ ਏਜੰਸੀ ਦੀ ਗੱਲ ਕਰ ਰਹੇ, ਖਰੀਦ ਏਜੰਸੀਆਂ ਦੀ ਗੱਲ ਕਰਦੇ ਹਾਂ, ਕਿਸਾਨ ਮਰਦਾ ਹੈ, ਖਰੀਦ ਏਜੰਸੀ ਵਾਲੇ ਸਾਰੇ ਮੌਜ ਲੈਂਦੇ ਆ, ਇਹ ਚੀਜ਼ ਹੈਗੀ। ਮੈਂ ਦੇਖ ਪਾ ਰਿਹਾ ਕਿ ਕਾਫੀ ਸਾਰੇ ਕਾਲਰਸ ਨੇ ਇਸ ਟਾਈਮ ਕਾਲਸ ਕੀਤੀਆਂ ਹੋਈਆਂ, ਤੁਸੀਂ ਆਪਣੀ ਕਾਲਸ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਿਓ, ਫੋਨ ਕਾਲਸ ਨੂੰ ਨਾ ਕੱਟਿਓ, ਕੁਝ ਟੈਕਨੀਕਲ ਪ੍ਰੋਬਲਮ ਆ ਗਈ, ਅਸੀਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫਿਲਹਾਲ ਨਿੱਕੇ ਜਿਹੇ ਵਕਫੇ ਲਈ ਮੈਂ ਇੱਥੇ ਰੁਕਣਾ, ਜਦ ਵਕਫੇ ਤੋਂ ਬਾਅਦ ਵਾਪਸ ਆਵਾਂਗਾ, ਲਵਾਂਗਾ ਤੁਹਾਡੀ ਕਾਲਸ।